ਮੈਂ ਤੁਹਾਡਾ ਸਾਰਿਆਂ ਦਾ ਆਪਣੇ ਕੋਨੇ ਦੇ ਵਲੌਗ ਦੇ ਵਿੱਚ ਅੱਜ ਦਾ ਆਪਣਾ ਟਰੈਕਟਰ ਹੈਗਾ ਅਰਜਨ ਮਹਿੰਦਰਾ 605 DI ਤੇ ਸਾਰਿਆਂ ਨਾਲ ਪਹਿਲਾਂ ਪਾਉਂਦੇ ਹਾਂ ਟਾਇਰਾਂ ਵੱਲ ਤੇ ਬਾਈ ਹੁਣ ਕਹਿੰਦੇ ਵੀ ਹੈ ਨਾ ਇਹ BKD ਦੇ ਟਾਇਰ ਪਵਾਏ ਹੈਗੇ ਤੁਸੀਂ ਸਾਈਜ਼ ਦੇਖ ਸਕਦੇ ਹੋ ਇਹ 2 ਫੁੱਟ ਟਾਇਰ ਨਹੀਂ ਹੈਗੇ 2 ਫੁੱਟ ਟਾਇਰਾਂ ਤੋਂ ਥੋੜ੍ਹਾ ਜਿਹਾ ਛੋਟਾ ਸਾਈਜ਼ ਹੈਗਾ ਤੇ ਵੀਡੀਓ ਪੌਜ਼ ਕਰਕੇ ਤੁਸੀਂ ਸਾਈਜ਼ ਦੇਖ ਸਕਦੇ ਹੋਗੇ ਟਾਇਰਾਂ ਦਾ ਤੇ BKD ਦੇ ਟਾਇਰ ਆ ਤੇ ਬਾਕੀ ਤੁਸੀਂ ਗੁੱਡੀ ਚੈੱਕ ਕਰ ਸਕਦੇ ਇਹਦੀ ਗੁੱਡੀ ਥੋੜ੍ਹੀ ਜਿਹੀ ਗੋਲ ਆ ਜਾਂਦੀ ਹੈਗੀ ਸਾਈਡਾਂ ਤੋਂ ਗਲਾਈ 'ਚ ਆ ਜਾਂਦੀ ਆ ਤੇ ਬਾਕੀ ਇਹ ਬਾਈ ਇਹਦਾ ਪ੍ਰਾਈਜ਼ ਕਹਿੰਦੇ ਸੀ 45,000 ਦੇ ਪਏ ਹੈਗੇ ਆਪਾਂ ਨੂੰ ਵਿਦ ਰਿਮ ਤੇ ਬਾਈ ਸਪੇਸਰ ਵੀ ਲਾਇਆ ਤੇ ਆਪਾਂ ਸਪੇਸਰ ਵੀ ਫਿਟਿੰਗ ਨਾਲ ਕੀਤੀ ਹੋਈ ਆ ਤੇ 5,000 ਦੇ ਸਪੇਸਰ ਪਏ ਹੋਣਗੇ ਨਾ ਬਾਈ ਓਕੇ 4,500 ਦੇ ਸਪੇਸਰ ਸੀਗੇ ਤੇ ਬਾਕੀ ਸਾਰੀ ਫਿਟਿੰਗ ਵਗੈਰਾ ਕਰਕੇ 45,000 ਦੇ ਪੈ ਗਏ ਸੀਗੇ ਬਾਈ ਨੂੰ ਟਾਇਰ ਤੇ ਬਾਕੀ ਆਪਾਂ ਇਸ ਤੋਂ ਬਾਅਦ ਆਉਂਦੇ ਹਾਂ ਬੰਪਰ ਤੇ ਬੰਪਰ ਦਾ ਆਪਣਾ ਕਹਿੰਦੇ ਬਾਈ ਵੀ ਓਰੀਜਨਲ ਹੀ ਲੱਗਿਆ ਹੋਇਆ ਹੈਗਾ ਨਾਲ ਦਾ ਹੀ ਬੰਪਰ ਆ ਬਸ ਉੱਤੇ ਬਲੈਕ ਮੈਟ ਟੇਪ ਕਰਾਈ ਹੋਈ ਆ ਤੇ ਨੀਚੇ ਫਲੈਸ਼ਰ ਲਾਈਟ ਲੱਗੀ ਹੋਈ ਆ ਬਾਈ ਚਲਾ ਕੇ ਦਿਖਾਇਓ ਜੀ ਇੱਕ ਵਾਰ ਆਹ ਦੇਖ ਲਓ ਤੁਸੀਂ ਫਲੈਸ਼ਰ ਲਾਈਟ ਲੱਗੀ ਆ ਤੇ ਇਸ ਤੋਂ ਬਾਅਦ ਆਪਾਂ ਉੱਪਰ ਗੱਲ ਕਰਦੇ ਹਾਂਗੇ 2 ਰੂਟਸ ਹਾਰਨ ਲੱਗੇ ਆਗੇ ਇਹਨਾਂ ਦਾ ਪ੍ਰਾਈਸ ਤੁਹਾਨੂੰ ਪਤਾ ਹੀ ਆ 1,800 ਰੁਪਇਆ ਇੱਕ ਵਾਰੀ ਹੁਣ ਤੁਹਾਨੂੰ ਚਲਾ ਕੇ ਵੀ ਦਿਖਾ ਦਈਏ ਇੱਕ ਵਾਰੀ ਦੱਬ ਕੇ ਰੱਖਿਓ ਬਸ ਇਸ ਤੋਂ ਬਾਅਦ ਆਪਾਂ ਸ਼ੋਅ ਤੇ ਆਉਂਦੇ ਹਾਂਗੇ ਜਿਹੜੀ ਕਿ ਬਾਈ ਉਹਨਾਂ ਨੇ ਸਮੋਕ ਕਰਾਈ ਹੋਈ ਆ ਸਮੋਕ ਟੇਪ ਨਹੀਂ ਆਉਂਦੀ ਜਿਹੜੀ ਅੱਜ ਕੱਲ੍ਹ ਆਪਾਂ ਲੈਟਲ ਵਗੈਰਾ ਤੇ ਕਰਾ ਲੈਂਦੇ ਹਾਂ ਤੇ ਸਾਰੀ ਸ਼ੋਅ ਤੇ ਕਰਾਈ ਹੋਈ ਆ ਤੁਸੀਂ ਚੈੱਕ ਕਰ ਸਕਦੇ ਹੋਗੇ ਪੂਰਾ ਜੈੱਡ ਬਲੈਕ ਬਣਾਇਆ ਹੋਇਆ ਟਰੈਕਟਰ ਤੇ ਇਹਦਾ ਮਤਲਬ ਵੀ ਓਵਰਆਲ ਖਰਚਾ ਜਿਹੜਾ ਸਾਰੇ ਟਰੈਕਟਰ ਦੀ ਕੀਤੀ ਆ ਟੇਪ ਤੁਸੀਂ ਆਹ ਦੇਖ ਸਕਦੇ ਹੋ ਮਰਾਟਾਂ ਦੇ ਵੀ ਕੀਤੀ ਆ ਤੇ ਸ਼ੋਅ ਤੇ ਕੀਤੀ ਆ ਇਹਦਾ ਬਾਈ ਖਰਚਾ ਕਹਿੰਦੇ ਸੀਗੇ ਸਾਰਾ ਖਰਚਾ 3,000 ਰੁਪਇਆ ਆ ਗਿਆ ਸੀਗਾ ਤੇ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਕੁੰਡਿਆਂ ਦੀ ਜਿਹੜੇ ਹੱਥ ਪਾਉਣ ਲਈ ਹੁੰਦੇ ਹੈਗੇ ਤੇ ਇਹਨਾਂ ਦਾ ਪ੍ਰਾਈਜ਼ ਬਾਈ ਕਹਿੰਦੇ ਐਗਜ਼ੈਕਟ ਤਾਂ ਪਤਾ ਨਹੀਂਗਾ ਵੀ ਹੈ ਨਾ 400-500 ਦਾ ਜੋੜਾ ਹੋਊਗਾ ਇਹ ਤੇ ਸਟੇਰਿੰਗ ਵੀ ਦੂਜਾ ਲੱਗਿਆ ਹੋਇਆ ਸੰਗਲ ਵਾਲਾ ਤੇ ਤੁਸੀਂ ਚੈੱਕ ਕਰ ਸਕਦੇ ਹੋ ਗੋਲਾ ਵੀ ਲੱਗਿਆ ਹੋਇਆ ਬਹੁਤ ਹੀ ਘੈਂਟ ਲੁੱਕ ਦੇ ਵਿੱਚ ਤੇ ਇਹਦੇ ਬਾਈ ਗੇਅਰ ਵੀ ਉਰੇ ਆ ਨਾ ਇਹਦੇ ਕਾਹਦੇ ਗੇਅਰ ਆ ਗਏ ਇਹ ਅੱਗੇ ਜਿੰਨਾ ਮੁੱਜ ਜਾਂਦਾ ਉਨੀ ਪਿੱਛੇ ਜਾਂਦਾ ਓਕੇ ਤੇ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਸਿਸਟਮ ਦੀ ਜਿਹੜਾ ਕਿ ਅੱਜ ਦਾ ਮੇਨ ਟੌਪਿਕ ਆ ਤੁਸੀਂ ਚੈੱਕ ਕਰ ਸਕਦੇ ਹੋ ਵੀ ਇਹਨਾਂ 12 ਸਪੀਕਰ ਲੱਗਿਆ ਇਹਦੇ 'ਚ ਦੇਖ ਸਕਦੇ ਤੁਸੀਂ 3 ਇੱਧਰ ਲੱਗੇ ਆਗੇ ਅੱਗੇ 6 ਅੱਗੇ ਲੱਗੇ ਆਗੇ ਤੇ 3 ਹੀ ਉਧਰਲੀ ਸਾਈਡ ਨੇ ਤੇ ਥੱਲੇ 2 ਸਬਵੂਫਰ ਲੱਗਿਆ ਤੁਸੀਂ ਚੈੱਕ ਕਰ ਸਕਦੇ ਹੋਗੇ ਇਹ ਦੇਸੀ ਬੂਫਰ ਨੇ ਜਾਣ ਕਿ ਜਿਹੜੇ ਆਪਦੇ ਤਿਆਰ ਕਰਦੇ ਆਗੇ ਤੇ ਬੱਗੇ ਦਾ ਸਿਸਟਮ ਲੱਗਿਆ ਹੈਗਾ ਧੂਰੀ ਤੋਂ 18-18 ਇੰਚੀ ਦੇ 2 ਨੇਗੇ ਤੇ ਤੁਹਾਨੂੰ ਚਲਾ ਕੇ ਵੀ ਦਿਖਾਉਂਦੇ ਆ ਸਿਸਟਮ ਦੀ ਆਵਾਜ਼ ਤੁਸੀਂ ਸੁਣ ਲਈ ਕਮੈਂਟ ਕਰਕੇ ਜ਼ਰੂਰ ਦੱਸ ਕੇ ਜਾਇਓ ਕਿੱਦਾਂ ਦੀ ਲੱਗੀ ਤੇ ਲਾਈਕ ਵੀ ਕਰ ਜਾਇਓ ਯਾਰ ਬਹੁਤ ਮਿਹਨਤ ਆਉਂਦੀ ਹੈ ਵੀਡੀਓ ਬਣਾਉਣ ਤੇ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਸਲੈਂਸਰ ਦੀ ਤੁਸੀਂ ਦੇਖ ਸਕਦੇ ਹੋ ਵੀ ਸਟੀਲ ਦਾ ਲੱਗਿਆ ਹੋਇਆ ਹੈਗਾ ਤੇ ਇਹ ਸਲੈਂਸਰ ਨਾ ਸਪੈਸ਼ਲ ਤਿਆਰ ਕੀਤਾ ਹੋਇਆ ਇਹਦੇ ਵਿੱਚ ਜਾਲੀ ਵੀ ਪਾਈ ਹੋਈ ਹੈਗੀ ਤੇ ਇਹਦੇ ਆਵਾਜ਼ ਘਟਾਈ ਹੋਈ ਆ ਥੋੜ੍ਹੀ ਜੀ ਤੇ ਤੁਹਾਨੂੰ ਇੱਕ ਵਾਰੀ ਸਟਾਰਟ ਵੀ ਕਰਕੇ ਦਿਖਾਵਾਂਗੇ ਇਹਦਾ ਪ੍ਰਾਈਸ ਹੈਗਾ ਲਗਭਗ 1,500 ਰੁਪਇਆ ਤੇ ਬਾਈ ਕਹਿੰਦੇ ਐਗਜ਼ੈਕਟ ਮੈਨੂੰ ਯਾਦ ਨਹੀਂ ਹੈਗਾ ਇਹ ਵੈਲਡਿੰਗ ਕਰਾ ਕੇ ਦੇਖ ਲਓ ਤੁਸੀਂ ਫਿੱਟ ਕਰਾਇਆ ਹੋਇਆ ਹੈਗਾ ਕੋਈ ਕੱਟ ਵੱਟ ਨਹੀਂ ਕੀਤੀ ਜਾਣੀ ਕਿ ਉੱਤਲੀ ਪੱਤੀ ਅਲੱਗ ਲੈ ਕੇ ਉਹਦੇ ਤੇ ਵੈਲਡਿੰਗ ਕਰਾਇਆ ਹੈਗਾ ਤੇ ਬਾਕੀ ਹੁਣ ਤੁਹਾਨੂੰ ਇੱਕ ਵਾਰੀ ਸਟਾਰਟ ਕਰਕੇ ਆਵਾਜ਼ ਸੁਣਾਉਣੇ ਆ ਡਾਇਰੈਕਟਰ ਦੀ ਹੁਣ ਸੁਣਾਉਣੇ ਆ ਤੁਹਾਨੂੰ ਇੱਕ ਵਾਰੀ ਆਵਾਜ਼ ਦੇ ਰੇਸ ਰੇਸ ਆਹ ਸੁਣ ਲਈ ਤੁਸੀਂ ਦੇਖ ਸਕਦੇ ਹੋ ਵੀ ਆਵਾਜ਼ ਘਟਾਈ ਹੋਈ ਹੈਗੀ ਨਹੀਂ ਬਾਹਲਾ ਗਾਹ ਪਾਉਂਦਾ ਗਾ ਅਰਜਨ ਤੇ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਛਤਰੀ ਦੀ ਤੁਸੀਂ ਚੈੱਕ ਕਰ ਸਕਦੇ ਹੋਗੇ ਰਿੰਗ ਲਾਈਟਸ ਲੱਗੀਆਂ ਨੇਗੀਆਂ ਇਹਦੇ ਉੱਪਰ ਤੇ ਇਹਦੇ ਵਿੱਚ ਵਾਈਟ ਚੱਲਦੀ ਹੈ ਤੇ ਸਾਈਡ ਤੇ ਬਲੂ ਚੱਲਦੀ ਹੈਗੀ ਇਹਦਾ ਪ੍ਰਾਈਜ਼ ਹੈਗਾ ਗਾ 1,000 ਰੁਪਇਆ ਦੋਨਾਂ ਜੋੜੇ ਹੀ ਹੈਗਾ 1,000 ਰੁਪਏ ਦਾ ਤੇ ਪਿਛਲੀਆਂ ਲਾਈਟਾਂ ਦੀ ਗੱਲ ਕਰਦੇ ਹਾਂ ਪਿਛਲੀਆਂ ਲਾਈਟ ਤੁਸੀਂ ਚੈੱਕ ਕਰ ਸਕਦੇ ਹੋਗੇ 2 ਮਰਕਰੀ ਨੇ ਇਹਦੇ ਵਿੱਚ ਤੇ ਬਾਕੀ LED ਲੱਗੀ ਹੋਈਆਂ ਨੇਗੀਆਂ ਤੇ ਬਹੁਤ ਹੀ ਬਾਈ ਕਹਿੰਦੇ ਸੀ ਇਹਦਾ ਚਾਨਣ ਬਹੁਤ ਹੈਗਾ ਤੇ ਜੇ ਹੁਣ ਤਾਂ ਤੁਹਾਨੂੰ ਆਪਾਂ ਚੈੱਕ ਨਹੀਂ ਕਰਾ ਸਕਦੇ ਇਹਦਾ ਪ੍ਰਾਈਜ਼ ਬਾਈ 1,200 ਰੁਪਇਆ ਕਹਿੰਦੇ ਸੀਗੇ ਪਿੱਛੇ ਫਾਰਮ ਟਰੈਕ ਵਾਲੇ ਓਰੀਜਨਲ ਇੰਡੀਕੇਟਰ ਲੱਗੇ ਹੈਗੇ ਤੁਸੀਂ ਚੈੱਕ ਕਰ ਸਕਦੇ ਹੋ ਤੇ ਸਮੋਕ ਟੇਪ ਹੋਈ ਹੈ ਇਹਨਾਂ ਤੇ ਇਹਨਾਂ ਦਾ ਪ੍ਰਾਈਜ਼ ਤੁਹਾਨੂੰ ਪਤਾ ਹੀ ਹੈਗਾ ਬਹੁਤ ਵਾਰੀ ਦੱਸਦਾ ਮੈਂ ਵੀਡੀਓ ਦੇ ਵਿੱਚ ਤੇ ਹੁੱਡ ਦਾ ਪ੍ਰਾਈਜ਼ ਤੁਹਾਨੂੰ ਦੱਸਣਾ ਰਹਿ ਗਿਆ ਉਹਦਾ ਪ੍ਰਾਈਜ਼ ਬਾਈ ਕਹਿੰਦੇ ਸੀਗੇ ਵੀ ਯਾਦ ਨਹੀਂ ਹੈਗਾ ਇਹ ਬਹੁਤ ਪੁਰਾਣੀ ਲੱਗੀ ਹੋਈ ਹੈਗੀ ਤੇ ਇਹਦੇ ਲਈ ਯੂ ਸਪੈਸ਼ਲ ਤਿਆਰ ਕਰਾਈ ਹੋਈ ਆ ਜਿਹੜਾ ਆਪਣਾ ਡੈਕ ਲੱਗਿਆ ਹੋਇਆ ਹੈਗਾ ਦੇਖ ਲਓ ਤੁਸੀਂ ਵਿਚਾਲੇ ਇਹਦੇ ਸਪੈਸ਼ਲ ਇੱਕ ਪੋਰਟ ਲਵਾਈ ਹੋਈ ਆ ਕਿਉਂਕਿ ਇਹਦਾ ਵਜਨ ਬਹੁਤ ਹੈਗਾ ਤੇ ਪੱਤੀਆਂ ਵੀ ਤੁਸੀਂ ਦੇਖ ਲਓ ਵੀ ਪੂਰਾ ਵਧੀਆ ਕੰਮ ਕੀਤਾ ਹੋਇਆ ਹੈਗਾ ਤੇ ਬਾਈ ਹੁਣਾਂ ਨੇ ਉਰੇ ਵੀ ਟਾਇਰਾਂ 'ਚ ਵੀ ਲਾਈਟਾਂ ਲਾਈਆਂ ਹੋਈਆਂ ਨੇਗੀਆਂ ਤੇ ਨੀਚੇ ਵੀ ਫਲੈਸ਼ਰ ਲਾਈਟ ਲੱਗੀ ਹੋਈ ਆ ਤੁਹਾਨੂੰ ਮੈਂ ਦਿਖਾਉਣਾ ਕਿ ਇੱਧਰ ਇਹਦੀ ਪਲੇਸਮੈਂਟ ਕੀਤੀ ਗਈ ਆ ਦੇਖੋ ਤੁਸੀਂ ਇਹ ਜਿਹੜੀ ਆਪਣੀ ਟਰੈਕਟਰ ਦੇ ਮੂਹਰੇ ਸ਼ੋਅ ਤੇ ਲੱਗੀ ਹੋਈ ਆ ਉਹੀ ਫਲੈਸ਼ਰ ਲਾਈਟ ਆ ਇਹ
ਤੇ ਪਿੱਛੇ ਲੱਗੀ ਹੋਈ ਹੈਗੀ।